ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਕਰਦੇ ਹਾਂ ਪੰਜਾਬੀ ਸੱਭਿਆਚਾਰਕ ਗੀਤਾਂ ਦੀ। ਪੰਜਾਬੀ ਗੀਤਾਂ ਦੇ ਵਿੱਚ ਸੱਭਿਆਚਾਰ ਗਾਣਿਆਂ ਦੀ ਬਹੁਤ ਹੀ ਮਹੱਤਤਾ ਹੈ ਅਤੇ ਉਹ ਵੀ ਪੰਜਾਬੀ ਦਿਨ ਤਿਉਹਾਰ ਮੌਕੇ। ਇਸੇ ਤਰ੍ਹਾਂ ਦੀ ਐਲਬਮ ਲਾਂਚ ਕੀਤੀ ਗਈ ਚੰਡੀਗੜ੍ਹ ਵਿਖੇ, ਜਿਸ ਵਿੱਚ ਲੋਹੜੀ, ਵਿਸਾਖੀ ਅਤੇ ਬਸੰਤ ਦੇ ਗੀਤ ਹੀ ਹੋਣਗੇ। ਇਸ ਨੂੰ ਲਾਂਚ ਕਰਦਿਆਂ ਮੀਨੂ ਬਖਸ਼ੀ ਨੇ ਪੱਤਰਕਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ। ਲੋਹੜੀ, ਵਿਸਾਖੀ ਅਤੇ ਬਸੰਤ ਪੰਜਾਬੀ ਸੱਭਿਆਚਾਰ ਵਿੱਚ ਆਪਣੀ ਹੀ ਮਹੱਤਤਾ ਰੱਖਦੇ ਹਨ ਅਤੇ ਇਹਨਾਂ ਮੌਕਿਆਂ ਤੇ ਬਜਾਏ ਜਾਂਦੇ ਪੰਜਾਬੀ ਸੱਭਿਆਚਾਰਕ ਗਾਣੇ ਉਹ ਵੀ ਢੋਲ ਦੀ ਥਾਪ ਤੇ, ਜਿਨ੍ਹਾਂ ਦੀ ਥਾਪ ਤੇ ਪੰਜਾਬੀਆਂ ਦੇ ਪੈਰ ਥਿਰਕਦੇ ਹਨ। ਇਹਨਾਂ ਗਾਣਿਆਂ ਨੂੰ ਹੁਣ ਪੰਜਾਬੀਆਂ ਦੇ ਲਈ ਇੱਕੋ ਹੀ ਐਲਬਮ ਵਿੱਚ ਲੈ ਕੇ ਆਈ ਹੈ ਮੀਨੂ ਬਖਸ਼ੀ ਦੀ ਨਵੀਂ ਪੰਜਾਬੀ ਐਲਬਮ, ਜਿਸ ਦਾ ਚੰਡੀਗੜ੍ਹ ਵਿਖੇ ਲਾਂਚ ਪ੍ਰੋਗਰਾਮ ਕੀਤਾ ਗਿਆ। ਇਸ ਐਲਬਮ ਵਿੱਚ ਜਿੱਥੇ ਸੰਗੀਤ ਸਤੀਸ਼ ਸ਼ਰਮਾ ਨੇ ਦਿੱਤਾ ਹੈ, ਉੱਥੇ ਹੀ ਗਾਣਿਆਂ ਨੂੰ ਮੀਨੂ ਬਖਸ਼ੀ, ਲਖਵਿੰਦਰ ਅਤੇ ਪ੍ਰਣ ਖੁਰਾਨਾ ਨੇ ਆਪਣੀ ਆਵਾਜ਼ ਵਿੱਚ ਸਜੋਇਆ ਹੈ। ਇਸ ਐਲਬਮ ਵਿੱਚ ਅਸੀਂ ਬੜੀ ਮਿਹਨਤ ਕੀਤੀ ਹੈ, ਇਸ ਐਲਬਮ ਵਿੱਚ ਬੜੀ ਰਿਸਰਚ ਹੋਈ ਹੈ ਔਰ ਜਿਹੜੀ ਮਾਰਕੀਟ ਵਿੱਚ ਕਮੀ ਹੈ ਪੰਜਾਬੀ ਫੋਕ ਮਿਊਜ਼ਿਕ ਔਰ ਖਾਸ ਕਰਕੇ ਤਿਉਹਾਰਾਂ ਦੀ ਔਰ ਕਲਚਰ ਦੀ, ਉਹ ਅਸੀਂ ਅੱਗੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਇਹ ਜਿਹੜਾ ਕਿਹਾ ਕਿ ਇਹ ਕਰ ਸਕਾਂਗੇ। ਇਹਦੇ 'ਚ ਗੀਤ ਬਹੁਤ ਖੂਬਸੂਰਤ ਗੀਤ ਲਿਖੇ ਹੋਏ ਨੇ ਅਤੇ ਲੋਹੜੀ ਦਾ, ਵਿਸਾਖੀ ਦਾ, ਸਾਵਨ ਦਾ, ਤੀਜ ਦਾ। ਬਾਕੀ ਪੰਜਾਬੀ ਤਿਉਹਾਰਾਂ ਤੇ ਇਹਨਾਂ ਗਾਣਿਆਂ ਦੀ ਇਸ ਨਵੀਂ ਐਲਬਮ ਦੀ ਕਿੰਨੀ ਕੁ ਮੰਗ ਹੁੰਦੀ ਹੈ ਜਾਂ ਫਿਰ ਪੰਜਾਬੀ ਇਸ ਨੂੰ ਕਿੰਨਾ ਕੁ ਪਸੰਦ ਕਰਨਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਚੰਡੀਗੜ੍ਹ ਤੋਂ ਭੁਪਿੰਦਰ ਦੇ ਨਾਲ ਜਤਿੰਦਰ ਦੀ ਰਿਪੋਰਟ, ਚੈਨਲ 2। ਗੱਲ ਕਰਦੇ ਹਾਂ ਮਾਨਸਾ ਦੀ। ਸ਼ਹਿਰ ਮਾਨਸਾ ਵਿੱਚ ਟੁੱਟੀਆਂ ਸੜਕਾਂ ਅਤੇ